ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਤੇ ਕਲਿੱਕ ਕਰ ਲਿਓ ਤਾਂ ਜੋ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਸੋ ਹੁਣੇ ਹੁਣੇ ਅੰਮ੍ਰਿਤਪਾਲ ਸਿੰਘ ਮਹਿਰੂ ਲਾਈਵ ਹੋਈ ਸੀ, ਲਾਈਵ ਹੋ ਕੇ ਜਿਵੇਂ ਕਿ ਉਹਨਾਂ ਨੇ ਇੱਕ ਮਹੀਨੇ ਪਹਿਲਾਂ ਹੀ ਪ੍ਰੋਡਿਊਸਰ ਨਾਲ ਕੀਤੀ ਸੀਗੀ ਕਿ ਉਹਦੀ ਕੁੱਟਮਾਰ ਕੀਤੀ ਸੀ ਕਿਉਂਕਿ ਉਹ ਗਲਤ ਵੀਡੀਓ ਬਣਾਉਣ ਦੀ ਗਲਤ ਟਾਈਟਲ ਲਿਖ ਦਿੰਦਾ ਸੀਗਾ ਉੱਪਰ। ਸੋ ਉਹਦੇ ਚੱਲਦਿਆਂ ਚੱਲਦਿਆਂ ਹੁਣੇ ਇੱਕ ਹੋਰ ਯੂਟਿਊਬ ਤੇ ਚੈਨਲ ਆ ਗਿਆ ਜਿਸਦਾ ਸਕਰੀਨਸ਼ਾਟ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਰਹੇ ਹੋਗੇ, ਜਿਹਦੇ ਥੰਬਨੇਲ ਨੇ ਜੋ ਕਿ ਬਹੁਤ ਹੀ ਅਸਲੀਲ ਹੁੰਦੇ ਨੇ। ਸੋ ਉਹਨਾਂ ਬਾਰੇ ਅੰਮ੍ਰਿਤਪਾਲ ਸਿੰਘ ਮਹਿਰੂ ਦਾ ਕੀ ਕਹਿਣਾ ਗਾ ਤੇ ਕਿੰਨੇ ਟਾਈਮ ਦੀ ਵਾਰਨਿੰਗ ਦਿੱਤੀ ਤੇ ਬਾਕੀ ਤੁਸੀਂ ਅੱਗੇ ਸਾਰਾ ਲਾਈਵ ਦੇਖਿਓ ਤੇ ਤੁਸੀਂ ਵੀ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰੋ ਕਿ ਤੁਸੀਂ ਕਿਹਦੇ ਨਾਲ ਹੋ ਜਾਂ ਇਹ ਵੀਡੀਓ ਬਣਾਉਣ ਦਾ ਇਹਨਾਂ ਕੋਲ ਅਧਿਕਾਰ ਹੈਗਾ ਜਾਂ ਅੰਮ੍ਰਿਤਪਾਲ ਸਿੰਘ ਮਹਿਰੂ ਦੇ ਨਾਲ ਹੋ। ਬਾਕੀ ਤੁਸੀਂ ਕਮੈਂਟ ਬਾਕਸ 'ਚ ਜ਼ਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ। ਬਾਕੀ ਬਾਬਾ ਜੀ ਸਾਨੂੰ ਤਾਂ ਹੁਕਮ ਕਰ ਦਿਓ ਜੀ, ਅਸੀਂ ਤਾਂ ਚੱਲ ਕੇ ਆਪ ਆ ਜਾਾਂਗੇ ਹਨਾ ਜੀ। ਬਾਬਾ ਜੀ ਵੀ ਮੇਰਾ ਲਾਈਵ ਚ ਜੁੜ ਗਏ ਹਨਾ ਤੇ ਮੈਂ ਬਾਬਾ ਜੀ ਨੂੰ ਲਾਈਵ ਲੈਣਾ ਹਨਾ ਨਾਲ। ਬਾਬਾ ਜੀ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕਿਵੇਂ ਬਾਈ, ਠੀਕ ਆ? ਬਸ ਬਾਬਾ ਜੀ ਠੀਕ ਠਾਕ, ਵਧੀਆ ਜੀ। ਚਲੋ ਵਧੀਆ ਵਧੀਆ। ਬਾਬਾ ਜੀ ਸਾਡੀ ਸਾਡਾ ਹੁਕਮ ਨੀ ਬਾਬਾ ਜੀ, ਸਾਡੀ ਤਾਂ ਬੇਇੱਜ਼ਤੀ ਆ ਸਾਡੀ। ਸੁਡੀ ਰਾਤ ਬਾਬਾ ਜੀ ਵੀਡੀਓ ਸਾਡੇ ਲੈ ਕੇ ਆਈ ਸੀ ਜੀ, ਦੇਖੀ ਸੀ ਹਨਾ ਤੇ ਅਸੀਂ ਨੇ ਅੱਜ ਸਵੇਰੇ ਵੀ ਅਸੀਂ ਆਖਿਆ ਵੀ ਵੀਡੀਓ ਪਾਈ ਜਾਵੇ ਕਿਉਂਕਿ ਸਾਡੇ ਲਵੇ ਬਾਬਾ ਜੀ ਉਹ ਕੰਮ ਤਾਂ ਹੈ ਨੀਗਾ ਹਨਾ, ਅਸੀਂ ਦੱਸ ਦੇਣਾ ਹੀ ਤਿਆਰੀ ਵਾਲਾ, ਤੁਸੀਂ ਬਾਹਲਾ ਵੱਡਾ ਦੇਤਾ ਸਾਡੇ ਤਾਂ ਦੱਸ ਦੇਣਾ ਤਾਂ ਕਿਉਂਕਿ ਬਾਬਾ ਜੀ ਇੱਕ ਗੱਲ ਇਹ ਵੀ ਹੈ ਤੁਸੀਂ ਪਤਾ ਕਰ ਲਿਓ, ਸਾਡਾ ਤਾਂ ਤੁਸੀਂ ਕੱਲਾ ਇੱਕ ਸਿੰਘ ਭੇਜ ਦਿਓ, ਸਿਰ ਨੀਵਾਂ ਕਰਕੇ ਖੜ ਜਾਂਗੇ, ਜੁੱਤੀਆਂ ਮਾਰ ਲਿਓ ਸਿਰ ਬਾਣੀ ਸਾਨੂੰ ਸਿਰ ਬਖਸ਼ਿਆ ਹੋਇਆ ਜੀ। ਜੇ ਸਾਡੇ ਕਲਗੇ ਵਾਲੇ ਪਾਤਸ਼ਾਹ ਦੇ ਬਾਣੀ ਵਾਲੇ ਬਾਬੇ ਨੇ ਭੇਜੀਆਂ ਸੀਗੀਆਂ 10-15 ਜਣਿਆਂ ਨੇ ਤੁਹਾਡੀਆਂ ਵੀਡੀਓ। ਠੀਕ ਹੈ ਬਾਬਾ ਜੀ, ਕਈ ਦਿਨ ਹੋ ਗਏ ਬਾਹਰੋਂ ਵੀ ਫੋਨ ਫਾਨ ਆ ਜਾਂਦੇ, ਮੈਂ ਕਿਹਾ ਤੁਸੀਂ ਸਮਝਾ ਲਓ ਉਹਨਾਂ ਨੇ, ਤੁਹਾਨੂੰ ਮੈਸੇਜ ਮੂਸੀ ਕੀਤੇ ਹੋਣੇ ਪਰ ਤੁਸੀਂ ਨਹੀਂ ਹਟੇ ਤਾਂ ਇਹ ਕੰਮ ਕਰਨਾ ਪਿਆ। ਬਾਬਾ ਜੀ ਇੱਕ ਬੇਨਤੀ ਹੈ ਜੀ, ਜਿਹੜੇ ਤੁਹਾਨੂੰ ਬਾਹਰੋਂ ਫੋਨ ਆਇਆ ਸੀ ਮੇਰੇ ਕੋਲੇ ਉਹਦੀ ਰਿਕਾਰਡਿੰਗ ਪਈ ਬਾਬਾ ਜੀ, ਤੁਹਾਨੂੰ ਕਹੋ ਤਾਂ ਮੈਂ ਭੇਜ ਦਿੰਦਾ। ਮੈਨੂੰ ਕਹਿੰਦੇ ਵੀ ਬਾਬਾ ਜੀ ਨੇ ਤੈਨੂੰ ਕਿੰਨੇ ਪੈਸੇ ਲੈਤੇ ਨੇ, ਮੈਂ ਕਿਹਾ ਜੀ ਬਾਣੇ ਜੇ ਮੈਂ ਝੂਠ ਬੋਲੂਗਾ ਨਾ ਮੈਂ ਕਿਤੇ ਨੀ, ਮੇਰੇ ਕੋਲ ਰਿਕਾਰਡਿੰਗ ਪਈ ਹੈ। ਮੈਂ ਕਿਹਾ ਮੈਂ ਝੂਠ ਨਹੀਂ ਬੋਲਦਾ, ਨਾ ਤਾਂ ਮੈਨੂੰ ਬਾਬਾ ਜੀ ਦਾ ਫੋਨ ਆਇਆ, ਨਾ ਮੈਨੂੰ ਕੋਈ ਪੈਸੇ ਦੀ ਗੱਲ ਕੀਤੀ, ਨਾ ਮੈਨੂੰ ਕੁਛ ਹੋਰ, ਮੈਂ ਪਾਪ ਦਾ ਭਾਗੀ ਨੀ ਬਣਨਾ, ਮੈਂ ਕਲਗੇ ਵਾਲੇ ਪਾਤਸ਼ਾਹ ਨੂੰ ਜਾਣ ਦੇਣੀ ਹੈ। ਠੀਕ ਹੈ, ਕੱਲ ਨੂੰ ਗੱਲ ਦੇਣੀ ਪੈ ਸਕਦੀ ਹੈ, ਮੇਰੇ ਕੋਲ ਰਿਕਾਰਡਿੰਗ ਪਈ ਹੈ ਜੀ, ਉਹ ਕਿੰਨੇ ਪੈਸੇ ਲੈਤੇ ਨੇ ਬਾਬਾ ਜੀ ਨੇ। ਸਾਡੇ ਕੋਲੋਂ ਅਸੀਂ ਪਹਿਲਾਂ ਵੀ ਅੱਜ ਤਾਂ ਗੱਲ ਬਾਬਾ ਜੀ ਆਪਣੀ ਹੋਈ ਹੈ, ਮੈਂ ਉਸ ਦਿਨ ਉਹਨੂੰ ਬਾਈ ਨੂੰ ਕਹਿੰਦਾ ਸੀ ਮੈਨੂੰ ਫੋਨ ਆਇਆ ਸੀ ਬਾਹਰਲੇ ਨੰਬਰ ਤੋਂ, ਕੋਈ 220 ਨੰਬਰ ਸੀ ਕੁਛ ਪਿੱਛੇ ਇਹ ਨੰਬਰ ਸੀ, ਉਹਦੇ ਵਿੱਚ ਹੋਇਆ ਸੀ ਕਿ ਬਾਬਾ ਜੀ ਨੇ ਸਾਡੇ ਤੋਂ ਕਿੰਨੇ ਪੈਸੇ ਲੈ ਕੇ ਤੁਹਾਡੇ ਨਾਲ ਸਮਝੌਤਾ ਕੀਤਾ। ਮੈਂ ਕਿਹਾ ਜੀ ਅਸੀਂ ਜਾਣ ਦੇਣੀ ਹੈ ਕਰਨੀ ਵਾਲੇ ਪਾਤਸ਼ਾਹ ਨੂੰ, ਅਸੀਂ ਬਾਣੀ ਨੂੰ ਬਦਨਾਮ ਨਹੀਂ ਕਰਨਾ ਹੈਗਾ, ਸਾਡੇ ਤੋਂ ਬਾਬਾ ਜੀ ਨੇ ਕੋਈ ਪੈਸੇ ਦੀ ਡਿਮਾਂਡ ਨਹੀਂ ਕੀਤੀ, ਕਦੇ ਸਾਨੂੰ ਕੋਈ ਫੋਨ ਨਹੀਂ ਕੀਤਾ। ਆਪਾਂ ਤਾਂ ਲਾਈਵ ਬੈਠੇ ਫੇਰ ਵੀ 2000-3000 ਬੰਦਾ ਸੁਣਦਾ, ਆਪਣੇ ਕੋਲ ਤਾਂ ਇੱਕ ਦੂਜੇ ਦਾ ਨੰਬਰ ਵੀ ਨਹੀਂ, ਨਾ ਹੀ ਇੱਕ ਦੂਜੇ ਨੂੰ ਮਿਲੇ ਆ, ਪੈਸਿਆਂ ਦਾ ਹਿਸਾਬ ਤਾਂ ਬਹੁਤ ਦੂਰ ਦੀ ਗੱਲ ਹੈ ਨਾ। ਹਾਂ ਜੀ ਬਾਬਾ ਜੀ, ਅਸੀਂ ਝੂਠ ਕਿਉਂ ਬੋਲਾਂਗੇ, ਅਸੀਂ ਕਿਉਂ ਬਦਨਾਮ ਕਰੀਏ ਬਾਣੀ ਨੂੰ, ਕਿਉਂਕਿ ਬਾਣਾ ਵੀ ਅਸੀਂ ਵੀ ਬਾਣੀ ਨੂੰ ਉਨੀ ਪਿਆਰ ਕਰਦੇ ਹਾਂ ਜੀ, ਅਸੀਂ ਜ਼ਰੂਰ ਮੰਨਦੇ ਹਾਂ, ਅਸੀਂ ਕੋਨੇ ਮੋਨੇ ਆ ਜੀ। ਪ੍ਰੋਡਿਊਸਰ ਨੂੰ ਨਾ ਲੈ ਕੇ ਪ੍ਰੋਡਿਊਸਰ ਨੂੰ ਲੈ ਕੇ ਭੇਜੀ ਸੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਇੱਕ ਵਾਰੀ ਪਤਾ ਕੀ ਹੋਇਆ, ਚਮਕੀਲੇ ਨੇ ਨਾ ਬਹੁਤ ਗੰਦ ਪਾਇਆ ਹੋਇਆ ਸੀਗਾ, ਠੀਕ ਆ, ਤੇ ਉਹ ਜਦੋਂ ਦਰਬਾਰ ਸਾਹਿਬ ਆਇਆ ਨਾ, ਅਕਾਲ ਤਖ਼ਤ ਸਾਹਿਬ ਅਰਦਾਸ ਕਰਾ ਕੇ ਬੈਠਾ ਤੇ ਪਿੱਛੇ ਨਾ ਖਾੜਕੂ ਸਿੰਘ ਬੈਠੇ ਸੀ, ਉਹ ਕਹਿੰਦੇ ਆ ਉਹੀ ਚਮਕੀਲਾ ਨਾ, ਕਹਿੰਦੇ ਹਾਂ, ਪਰ ਕਹਿੰਦੇ ਚੱਲ ਯਾਰ ਇਹਨੇ ਤਲਵਾਰ ਮੈਂ ਕਲਗੀ ਧਰਦੀ ਕੈਂਟ ਧਾਰਮਿਕ ਕੱਢੀ, ਉਹਨੂੰ ਕਹਿਤਾ ਵੀ ਚੱਲ ਧਾਰਮਿਕ ਗਾਲਿਆ ਕਰ, ਤੂੰ ਗੰਦ ਨਾ ਪਾਇਆ ਕਰ, ਉਹਨੂੰ ਛੱਡਤਾ। ਜਦੋਂ ਉਹਨੂੰ ਛੱਡਤਾ ਤੇ ਕਿਸੇ ਖਾੜੇ ਤੇ ਉਹ ਗਾਉਣ ਲੱਗਾ ਤੇ ਉਹਨੂੰ ਪਿੱਛੋਂ ਬੰਦੇ ਪੁੱਛਦੇ, ਕਹਿੰਦੇ ਉਹ ਤੇਰਾ ਖਾੜਕੂ ਆਉਣਾ ਵਾਹ ਪੈ ਗਿਆ ਸੀਗਾ ਤੇ ਤੈਨੂੰ ਤਾਂ ਛੱਡਤਾ, ਕਹਿੰਦਾ ਮੈਂ ਉਹਨਾਂ ਨੂੰ ਪੈਸੇ ਦੇਤੇ ਸੀ, ਉਹਨਾਂ ਨੇ ਮੈਨੂੰ ਤਾਂ ਛੱਡਤਾ। ਬਾਬਾ ਜੀ ਤੁਸੀਂ ਸਾਡੇ ਪਿੰਡੋਂ ਪਤਾ ਕਰ ਲਓ ਜੀ, ਅਸੀਂ ਮੈਂ ਕਹਿੰਦਾ ਸਾਡੀ ਸਾਰੀ ਫੈਮਿਲੀ ਗੁਰੂ ਘਰ ਜਾਂਦੀ ਹੈ ਜੀ, ਅਸੀਂ ਕਿਵੇਂ ਬਦਨਾਮ ਕਰ ਦੇਗਾ ਉਹਦੇ ਬਾਣੀ ਨੂੰ ਜੀ, ਅਸੀਂ ਸਿਰ ਦੇ ਸਕਦੇ ਹਾਂ ਜੀ। ਹਾਂ ਅਸੀਂ ਮੰਨਦੇ ਹਾਂ, ਅਸੀਂ ਇਹ ਨੀ, ਅਸੀਂ ਨੀ ਮੰਨਦੇ, ਮੁੱਕਰਦੇ ਨੀ, ਅਸੀਂ ਮੰਨਦੇ ਹਾਂ ਵੀ ਅਸੀਂ ਵੀਡੀਓ ਦੇ ਉੱਪਰ ਥੰਬਨੇਲ ਦੇ ਅਸੀਂ ਗੰਦਾ ਲਿਖ ਕੇ ਲਾਇਆ ਸੀ, ਉਹਨੂੰ ਦੇਖ ਕੇ ਵੀਡੀਓ ਚੱਲੀਆਂ, ਅਸੀਂ ਕਿਉਂ ਮੁੱਕਰਦੇ ਨੀ, ਕਿਉਂਕਿ ਸਾਨੂੰ ਉੱਥੋਂ ਰੋਟੀ ਮਿਲੀ, ਅਸੀਂ ਕਿਉਂ ਮੁੱਕਰਾਂ ਬਾਬਾ। ਬਾਕੀ ਗੁਰੂ ਦੇ ਲਾਡਲੀਆਂ ਫੌਜਾਂ ਜੋ ਸਾਨੂੰ ਮੰਨ ਲਾਉਣਗੀਆਂ ਜੀ, ਅਸੀਂ ਉਦੋਂ ਬਾਹਰ ਨਹੀਂ ਹੈਗੇ, ਅੱਜ ਵੀ ਨਹੀਂ ਕੱਲ ਵੀ ਨਹੀਂ ਜੀ। ਤੁਸੀਂ ਤੁਸੀਂ ਭਰਾ ਵਾ ਤੇ ਤੁਸੀਂ ਵੱਡੇ ਆ ਸਾਡੇ ਤੋਂ, ਕੋਈ ਨਾ ਫੇਰ ਕੀ ਹੋ ਗਿਆ ਜੇ ਤੁਸੀਂ ਪਹਿਰਾਵੇ ਚ ਨਹੀਂ, ਤੇ ਮੇਰਾ ਵੀਰ ਬੇਨਤੀ ਆ ਵੀ ਤੁਸੀਂ ਆਪਦਾ ਜੋ ਚਲਾਓ ਆਪਦੇ ਚੈਨਲ, ਵਧੀਆ ਸੁਣੋ ਉੱਥੋਂ ਕਮਾਈ ਹੁੰਦੀ ਆ, ਤੁਸੀਂ ਆਪਦੇ ਘਰ ਬਾਰ ਚਲਾਓ, ਪਰ ਉਹ ਚੀਜ਼ ਨਾ ਕਰੋ ਮੇਰਾ ਵੀਰ, ਤੁਹਾਡੀ ਚੀਜ਼ ਨੂੰ ਨੌਜਵਾਨ ਜਾਂ ਬੱਚਿਆਂ ਚ ਕੋਈ ਯਾਰ ਗਲਤ ਕੰਮ ਹੋਵੇ।
ਬਾਕੀ ਗੱਲ ਕਿਸੇ ਦੇ ਖਿਲਾਫ਼ ਬੋਲਾਂਗੇ ਜੇ ਕੁਛ ਉਹ ਬੋਲਾਂਗੇ ਠੀਕ ਹੈ ਅਸੀਂ ਤਾਂ ਪਹਿਲੀ ਨਮਸਕਾਰ ਕਰਦੇ ਨੇ ਗੁਰੂ ਦੇ ਫੌਜ ਨੂੰ ਠੀਕ ਹੈ ਨਾ ਕਿਉਂਕਿ ਸਾਡੇ ਲਈ ਬਾਣਾ ਤੇ ਬਾਣੀ ਸਭ ਇੱਕ ਸਮਾਨ ਹੈ ਸਾਨੂੰ ਬਾਕੀ ਸਾਡੇ ਕਦੇ ਕੋਈ ਨਸ਼ਾ ਪ੍ਰਮੋਟ ਨਹੀਂ ਕੀਤਾ ਕਿਸੇ ਧਰਮ ਦੇ ਖਿਲਾਫ ਨੀ ਕਦੇ ਬੋਲੇ ਜ਼ਿੰਦਗੀ ਚ ਹਨਾ ਅਸੀਂ ਕਮੇਡੀ ਕਰਕੇ ਆਪਦੇ ਪਨਕੇ ਪਰਿਵਾਰ ਤੁਹਾਡੇ ਪਿੰਡੋਂ ਪਤਾ ਕਰ ਲਿਆ ਸੀ ਅਸੀਂ ਤਾਂ ਹੀ ਤਾਂ ਦਾਸ ਦੇਣ ਦਿੱਤੇ ਸੀ ਬਾਈ ਬਾਬਾ ਜੀ ਪੁੱਛ ਲਓ ਸਾਰਿਆਂ ਨੂੰ ਅਸੀਂ ਗਰੀਬ ਦੇ ਘਰ ਦੇ ਜਵਾਕ ਉੱਠੇ ਹੋਏ ਹਾਂ ਫਿਲਮ ਲਿਖੀ ਵੀ ਸੀ ਪੰਜਾਬ ਦਾ ਮੰਡੀਕਰਨ ਬੋਲ ਨਹੀਂ ਨਹੀਂ ਕੋਈ ਗਰੀਬ ਨਹੀਂ ਕੋਈ ਨਾ ਬਾਈ ਆਪਾਂ ਸਾਰੇ ਇੱਕੋ ਜਿਹੇ ਆ ਭਰਾ ਹੀ ਆ ਚਲੋ ਕੋਈ ਨਾ ਮੇਰਾ ਵੀਰ ਆਪਾਂ ਬਾਹਲੀ ਗੱਲ ਨਾ ਕਰੀਏ ਹਨਾ ਲੋਕ ਫਿਰ ਥੱਲੇ ਮਜ਼ਾਕ ਉਡਾਉਣਗੇ ਤੁਹਾਡਾ ਵੀ ਸਾਡਾ ਵੀ ਆਪਾਂ ਨਹੀਂ ਨਹੀਂ ਮੇਰਾ ਬਾਈ ਇਸ ਚੀਜ਼ ਨੂੰ ਸੁਧਾਰ ਲਓ ਹਨਾ ਗੁਰੂ ਦੇ ਲਾਹੜਲੀਆਂ ਫੌਜਾਂ ਨੂੰ ਆਉਣ ਦੀ ਜ਼ਰੂਰਤ ਹੀ ਨਹੀਂ ਕਿਤੇ ਹਨਾ ਜੀ ਨਹੀਂ ਨਹੀਂ ਕੋਈ ਨਾ ਬਾਈ ਜੀ ਜ਼ਰੂਰ ਕਦੇ ਮਿਲਾਂਗੇ ਪਰ ਮੇਰਾ ਬਈ ਆਹ ਕੰਮ ਜਾਣਾ ਕਰਿਓ ਯਾਰ ਚੰਗਾ ਨੀ ਲੱਗਦਾ ਸਾਡੀ ਤਰ੍ਹਾਂ ਯਾਰ ਤੁਹਾਡੇ ਨਾਲ ਦੁਸ਼ਮਣੀ ਆ ਜਾਂ ਤੁਸੀਂ ਗੱਲ ਇਹ ਆ ਬਾਬਾ ਜੀ ਕੀ ਤੁਸੀਂ ਜਿਵੇਂ ਤੁਹਾਨੂੰ ਇਸ ਟਾਈਮ ਘਰੇ ਹੁੰਦਾ ਤੁਹਾਨੂੰ ਦਿਖਾਉਂਦਾ ਅਸੀਂ ਤਾਂ ਨਾ ਮਤਲਬ ਕਿ ਹਾਰ ਪਰੋ ਕੇ ਰੱਖੇ ਸੀ ਵੀ ਸਾਡੇ ਸੰਗਤ ਘਰੇ ਆ ਗਈ ਅਸੀਂ ਤਾਂ ਬਾਬਾ ਜੀ ਦੇ ਹਾਰ ਪਾ ਕੇ ਮੁਕਾਬਲੇ ਨਹੀਂ ਕਰਦਾ ਅਸੀਂ ਮੁਕਾਬਲੇ ਕਰਦੇ ਅਸੀਂ ਮੁਕਾਬਲੇ ਕਰਦੇ ਨਹੀਂ ਨਹੀਂ ਕੋਈ ਨਾ ਚਲੋ ਠੀਕ ਹੈ ਬਾਈ ਜੀ ਅਸੀਂ ਜਾਣਾ ਕਿਤੇ ਤੇ ਮੈਂ ਤੁਸੀਂ ਲਾਈਵ ਬੈਠੇ ਸੀ ਤੇ ਮੈਂ ਕਿਹਾ ਜਾ ਕੇ ਬਾਈ ਉਹਨਾਂ ਨੂੰ ਫਤਿਹ ਬੁਲਾ ਲਈ ਚਲੋ ਠੀਕ ਹੈ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ